ਕਲਗੀਧਰ ਟਰਸਟ ਬੜੂ ਸਾਹਿਬ ਦੀ ਸ਼ੁਰੂਆਤ ਸੰਤ ਤੇਜਾ ਸਿੰਘ ਜੀ ਅਤੇ ਬਾਬਾ ਇਕਬਾਲ ਸਿੰਘ ਜੀ ਦੁਆਰਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਨਾ ਦੀ ਰਹਿਨੁਮਾਈ ਹੇਠ ਹਿਮਾਚਲ ਦੀਆਂ ਵਾਦੀਆਂ 400 ਏਕੜ ਜ਼ਮੀਨ ਖਰੀਦ ਕੇ ਕੀਤੀ ਗਈ ਸੀ। ਇਸ ਦਾ ਮੁੱਖ ਮਕਸਦ ਸਿੱਖਿਆ ਦੇ ਨਾਲ ਨਾਲ ਸਿੱਖੀ ਨੂੰ ਵੀ ਸਾਂਭਣਾ ਸੀ। ਬਾਬਾ ਜੀ ਦਾ ਵਿਜ਼ਨ ਸੀ ਕਿ ਸਿੱਖਿਆ ਲਈ ਸਿੱਖਾਂ ਦੀ ਆਪਣੀ ਕੋਈ ਸੰਸਥਾ ਹੋਵੇ, ਜਿਸ ਦੀ ਪੂਰਤੀ ਵਜੋਂ ਇਹ ਸੰਸਥਾ ਹੋਂਦ ਵਿੱਚ ਆਈ। ਭਾਵੇਂ ਅੱਜ ਕਲਗੀਧਰ ਟਰਸਟ ਬੜੂ ਸਾਹਿਬ ਲਗਭਗ 130 ਅਕਾਲ ਅਕੈਡਮੀਆਂ, ਕਾਲਜ, ਨਰਸਿੰਗ ਕਾਲਜ, ਹਸਪਤਾਲ, ਯੂਨੀਵਰਸਿਟੀਜ਼ ਰਾਹੀਂ ਸਿੱਖਿਆ ਦਾ ਚਾਨਣ ਪੂਰੀ ਦੁਨੀਆ ਵਿੱਚ ਵੰਡ ਰਹੀ ਹੈ। ਪਰ ਜਿਸ ਜਗ੍ਹਾ ਤੋਂ ਇਹ ਸੰਸਥਾ ਦੀ ਸ਼ੁਰੂਆਤ ਹੋਈ, ਉੱਥੇ ਜਾਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਜਦੋਂ ਜਸ ਪੰਜਾਬੀ ਦੀ ਅਮਰੀਕਾ ਟੀਮ ਨੂੰ ਇੰਡੀਆ ਫੇਰੀ ਦੌਰਾਨ ਬੜੂ ਸਾਹਿਬ ਜਾਣ ਦਾ ਮੌਕਾ ਮਿਲਿਆ ਤਾਂ ਸੱਚਮੁੱਚ ਹੀ ਸਾਡੇ ਮਨ ਦੇ ਪੰਛੀ ਸਤਵੇਂ ਆਸਮਾਨ ਤੇ ਉਡਾਰੀਆਂ ਭਰ ਰਹੇ ਸਨ। ਤੁਹਾਨੂੰ ਵੀ ਵਿਖਾਉਂਦੇ ਹਾਂ ਸਾਡੇ ਮਨ ਦੇ ਪੰਛੀਆਂ ਨੇ ਉੱਥੇ ਕੀ ਕੁਝ ਤੱਕਿਆ। ਬੜੂ ਸਾਹਿਬ ਹਿਮਾਚਲ ਦੀਆਂ ਸੋਹਣੀਆਂ ਵਾਦੀਆਂ 'ਚ ਵਸਿਆ ਹੋਇਆ ਹੈ, ਜਿਸ ਦੀਆਂ ਬਹੁਰੰਗੀ ਇਮਾਰਤਾਂ ਦੂਰੋਂ ਹੀ ਸਭ ਦਾ ਧਿਆਨ ਖਿੱਚਦੀਆਂ ਨੇ। ਕੁਦਰਤ ਦੇ ਕਲਾਵੇ 'ਚ ਸਮਾਏ ਇਹ ਵਿੱਦਿਆ ਦੇ ਮੰਦਰ ਦਾ ਨਜ਼ਾਰਾ ਸਾਨੂੰ ਵੀ ਪਹਿਲੀ ਨਜ਼ਰੇ ਭਾ ਗਿਆ। ਸਾਨੂੰ ਇੰਜ ਲੱਗੇ ਕਿ ਹੁਣ ਅਸੀਂ ਵੀ ਇੱਥੋਂ ਦੇ ਹੋ ਕੇ ਰਹਿ ਜਾਈਏ। ਸੱਚਮੁੱਚ ਹੀ ਸੋਹਣੇ ਵਾਤਾਵਰਣ ਤੇ ਕੁਦਰਤੀ ਮਾਹੌਲ ਵਿੱਚ ਸਾਡੀ ਸੋਚ ਨੂੰ ਵੀ ਖੰਭ ਲੱਗ ਜਾਂਦੇ ਨੇ। ਪਹਾੜਾਂ ਦੀਆਂ ਸਿਖਰਾਂ ਛੂੰਹਦੀ ਨਜ਼ਰ ਨੀਲੇ ਅੰਬਰ ਦੇ ਪਾਰ ਤੱਕ ਵੇਖਣਾ ਲੋਚਦੀ ਹੈ। ਜੋ ਲੁਕਿਆ ਹੈ ਉਹਨੂੰ ਲੱਭਣਾ ਜਾਂ ਖੋਜਣਾ ਹੀ ਤਾਂ ਵਿਗਿਆਨ ਹੈ। ਬੱਚੇ ਵੀ ਕਿਤਾਬਾਂ ਦੀ ਮਦਦ ਨਾਲ ਉਹੀ ਖੋਜਦੇ ਨੇ ਤੇ ਉਹਨਾਂ ਦੇ ਮਾਰਗ ਦਰਸ਼ਕ ਬਣੇ ਅਧਿਆਪਕ ਉਹਨਾਂ ਦੀ ਖੋਜ ਦਾ ਆਧਾਰ ਬਣਾਉਂਦੇ ਨੇ। ਬੱਚਿਆਂ ਵਿੱਚ ਨਵਾਂ ਸਿੱਖਣ ਦੀ ਚਾਹ ਹੁੰਦੀ ਹੈ ਤੇ ਬੜੂ ਸਾਹਿਬ ਦੀਆਂ ਬਰੂਹਾਂ ਅੰਦਰ ਵਿਦਿਆਰਥੀ ਸਿੱਖਿਆ, ਸੰਗੀਤ, ਖੇਡਾਂ ਤੇ ਅਧਿਆਤਮ ਨਾਲੋਂ ਨਾਲ ਸਿੱਖਦੇ ਨੇ। ਜਿੰਦਰ ਸਿੰਘ ਜੀ, so good to see you in person. ਵੈਲਕਮ। ਮੈਂ ਤੁਹਾਨੂੰ ਦੇਖੋ ਮਾਸਕ ਦੇ ਨਾਲ ਵੀ ਪਹਿਚਾਨ ਲਿਆ। so good to see you. ਕਲਗੀਧਰ ਟਰਸਟ ਬੜੂ ਸਾਹਿਬ ਦੇ ਵਿਹੜੇ ਸਾਡਾ ਬੜਾ ਹੀ ਨਿੱਘਾ ਸਵਾਗਤ ਹੋਇਆ। ਟੀਚਰ ਸਹਿਬਾਨ ਤੇ ਸਾਰੀ ਮੈਨੇਜਮੈਂਟ ਸਾਨੂੰ ਬੜੇ ਹੀ ਅਪਨਤ ਵਾਲੇ ਭਾਵਾਂ ਨਾਲ ਮਿਲੇ। ਜਿੱਥੇ ਆਓ ਭਗਤ ਇੰਨੀ ਸੋਹਣੀ ਤੇ ਮਿਲਾਪੜੀ ਹੋਵੇ, ਉੱਥੇ ਮਹਿਮਾਨ ਬਣ ਕੇ ਜਾਣਾ ਬੜਾ ਹੀ ਪਿਆਰਾ ਅਹਿਸਾਸ ਹੁੰਦਾ ਹੈ। ਹੁਣ ਵਾਰੀ ਸੀ ਸਕੂਲ ਨੂੰ ਅੰਦਰੋਂ ਵੇਖਣ, ਬੱਚਿਆਂ ਨੂੰ ਮਿਲਣ ਤੇ ਇੱਥੋਂ ਦੇ ਵਿਦਿਅਕ ਢਾਂਚੇ ਨੂੰ ਨੇੜਿਓਂ ਜਾਣਨ ਦੀ। ਕੋਰੋਨਾ ਕਰਕੇ ਭਾਵੇਂ ਆਪਸੀ ਦੂਰੀ ਤੇ ਚਿਹਰਿਆਂ ਤੇ ਮਾਸਕ ਥੋੜਾ ਖਟਕ ਰਹੇ ਸਨ, ਪਰ ਦਿਲੀ ਪਿਆਰ ਤੇ ਸੰਸਥਾ ਦੀ ਕਾਰਗੁਜ਼ਾਰੀ ਨੂੰ ਅੱਖੀ ਵੇਖਣ ਦੀ ਖੁਸ਼ੀ ਸਭ ਕੁਝ ਭੁਲਾ ਰਹੀ ਸੀ। ਲਓ ਜੀ, ਕੋਰੋਨਾ ਦੀ ਗੱਲ ਕੀਤੀ ਤੇ ਬੜੂ ਦੇ ਵਿਹੜੇ ਪਹਿਲਾ ਟੈਲੈਂਟ ਹੀ ਸਾਨੂੰ ਐਸਾ ਮਿਲਿਆ ਜਿਸਨੇ ਕੋਰੋਨਾ ਉੱਪਰ ਰੈਪ ਕਰਕੇ ਸੁਣਾਇਆ। ਧੂਮ ਧੂਮ ਚੱਕ, ਧੂਮ ਧੂਮ ਚੱਕ, ਧੂਮ ਧੂਮ ਚੱਕ, ਪੈਂਡਾਮਿਕ ਪੈਂਡਾਮਿਕ, ਯੇ ਹੈ ਏਕ ਮਹਾਮਾਰੀ, ਹਿਲਾ ਦੀ ਦੁਨੀਆ ਸਾਰੀ, ਜੈਸੇ ਸਮਾਲ ਪੌਕਸ, ਜੈਸੇ ਕਾਉ ਪੌਕਸ, ਔਰ ਉਨਕਾ ਰਾਜਾ ਹੈ ਕੋਰੋਨਾ, ਕੋਰੋਨਾ ਹਿੰਦੁਸਤਾਨੀ ਕਹਤੇ ਹੈ, ਇਸਸੇ ਤੁਮ ਡਰੋ ਨਾ, ਡਰੋ ਨਾ, ਡਰੋ ਨਾ, ਪੈਂਡਾਮਿਕ ਪੈਂਡਾਮਿਕ ਪੈਂਡਾਮਿਕ, ਯੇ ਹੈ ਏਕ ਮਹਾਮਾਰੀ, ਹਿਲਾ ਦੀ ਦੁਨੀਆ ਸਾਰੀ, ਧੂਮ ਧੂਮ ਚੱਕ, ਧੂਮ ਧੂਮ ਚੱਕ, ਧੂਮ ਧੂਮ ਚੱਕ, ਅੱਜ ਕੱਲ ਇੰਡੀਆ ਕੋਵਿਡ-19 ਮੇ ਟੌਪ 10 ਮੇ ਦਰਜ ਹੈ, ਦਰਜ ਹੈ, ਹਮਨੇ ਭਾਰਤ ਬਚਾਨਾ ਹੈ, ਯੇ ਹਮਾਰਾ ਫਰਜ਼ ਹੈ,
फर्ज है, पर कैसे? सारों को प्रिकॉशन फॉलो करना हमने सिखाना है पेंडेमिक पेंडेमिक बाजा हमने बजाना है, कोरोना को भगाना है। पेंडेमिक पेंडेमिक धूम धूम चक धूम धूम चक। विद्यक संस्थावां दा काम सिर्फ किताबी ज्ञान देना नहीं हुंदा, सगों तुहाडे अंदर दे टैलेंट नूं बाहर कढ़ना भी हुंदा है। कलगीधर ट्रस्ट बड़ू साहिब अंदर सानू ए काम बखूबी वेखण नूं मिलिया। बच्चियां द्वारा दीवारां ते बनाई चार्ट पेंटिंग्स ते होर कलाकृतियां उसे दा ही नमूना सन। Of the folk song, the last unit of the class. So where the kids, they have learned about the folk songs, regional folk songs, and they connected more towards the inquiry. And we also carry forward that, and we also had a discussion whether we should carry forward our folk songs, our traditions or not. So our main motive was that to make them connect with the religions and with their regions. So these are the glimpses of those. And here they visited the math labs in order to inquire about the odd and even numbers. So this is the glimpses of inquiry, and here we set up a mini exhibition in the class where they share their journey of the unit with teachers and other students. There was a mini exhibition. So actually we don't provide them any books. It's just like these are the six themes. So under this central idea is their line of inquiry, and we have three concepts to have a deeper understanding. एक पासे बच्चियां वल्लों सोने सोने कोट्स लिखे हुए सन, ते दूजे पासे साइंस नाल संबंधित जानकारियां लिखियां होईयां सन। कुछ फोटोग्राफ्स ते अखबार कटिंग्स अव्वल आउण वाले विद्यार्थियां ते संस्था दियां उपलब्धियां दे जिक्र छेड़ रहियां सन। ए सब दी जानकारी दिंदे टीचर्स ते बच्चियां दे चेहरे ते वखरी खुशी दिख रही सी। स्टडी नूं रोचक बनाउण लई बनाए ए चार्ट्स ते मॉडल्स सानू वी काफी इंटरेस्टिंग लगे। दिस इज द लाइब्रेरी वेयर चिल्ड्रन रीड बुक्स एंड मैगजीन्स इन देयर फ्री टाइम। दीज आर द सम मॉडल्स ऑफ फर्स्ट ग्रेड। दीज आर ऑफ साइंस। This is of desert. कलगीधर ट्रस्ट बड़ू साहिब दी सानू एक गल होर खास लगी। एथे मदर टंग लई अलग तो क्लास लगती है। मां बोली दी महत्ता समझती ए संस्था एथे पढ़दे बच्चियां नू उन्हां दी मां बोली नाल जोड़ी रखण दा सोहणा उदम कर रही है। ਇਹ ਸੰਸਥਾ ਦੇ ਵਿਜ਼ਨ ਦਾ ਹੀ ਹਿੱਸਾ ਹੈ ਕਿ ਆਉਣ ਵਾਲੀਆਂ ਨਸਲਾਂ ਆਪਣੀ ਮਾਂ ਬੋਲੀ ਨਾਲ ਜੁੜੀਆਂ ਰਹਿਣ। ਅਸੀਂ ਅਕਸਰ ਕਲਗੀਧਰ ਟਰਸਟ ਬੜੂ ਸਾਹਿਬ ਦੇ ਬੱਚਿਆਂ ਨੂੰ ਕੀਰਤਨ ਕਰਦੇ ਵੇਖਦੇ ਹਾਂ, ਪਰ ਅੱਜ ਉਹਨਾਂ ਦੇ ਮਿਊਜ਼ਿਕ ਕਲਾਸ ਵਿੱਚ ਜਾ ਕੇ ਬਹੁਤ ਵਧੀਆ ਲੱਗਿਆ। ਸੰਗੀਤ ਸਾਡੀ ਰੂਹ ਦੀ ਖੁਰਾਕ ਹੁੰਦਾ ਹੈ ਤੇ ਇਹ ਰੂਹ ਦੀ ਖੁਰਾਕ ਇੱਥੇ ਬਖੂਬੀ ਮਿਲਦੀ ਹੈ। ਇੱਥੇ ਬੱਚਿਆਂ ਨੂੰ ਗੁਰਮਤ ਤੇ ਕਲਾਸੀਕਲ ਸੰਗੀਤ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਹਰ ਰੀਜਨ ਦੇ ਫੋਕ ਸੌਂਗਸ ਵੀ ਸਿਖਾਏ ਜਾਂਦੇ ਨੇ ਤਾਂ ਜੋ ਬੱਚੇ ਆਪਣੇ ਕਲਚਰ ਨਾਲ ਜੁੜੇ ਰਹਿਣ। ਸੱਚਮੁੱਚ ਹੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਦੇ ਚੌਪੱਖੀ ਵਿਕਾਸ ਲਈ ਇੰਨੀ ਡੂੰਘਾਈ ਨਾਲ ਕੰਮ ਕਰਨਾ ਬੜੂ ਸਾਹਿਬ ਦੇ ਹੀ ਹਿੱਸੇ ਆਇਆ ਹੈ। ਅੱਜ ਦੇ ਯੁੱਗ ਨੂੰ ਜੇ ਕੰਪਿਊਟਰ ਯੁੱਗ ਕਿਹਾ ਜਾਵੇ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਕੰਪਿਊਟਰ ਦੀ ਆਪਣੀ ਇੱਕ ਦੁਨੀਆ ਹੈ ਜਿਸ ਨੂੰ ਵਰਚੁਅਲ ਵਰਲਡ ਕਿਹਾ ਜਾਂਦਾ ਹੈ। ਕੰਪਿਊਟਰ ਤੇ ਇੰਟਰਨੈਟ ਨਾਲ ਸਾਰੀ ਦੁਨੀਆ ਗਲੋਬਲ ਪਿੰਡ ਬਣ ਗਈ ਹੈ। ਹੁਣ ਵਾਰੀ ਸੀ ਕੰਪਿਊਟਰ ਲੈਬਸ ਵਿੱਚ ਜਾਣ ਦੀ ਜਿੱਥੇ ਬੱਚੇ ਟੈਕਨੋਲੋਜੀ ਤੋਂ ਰੂਬਰੂ ਹੁੰਦੇ ਨੇ।
कलगीधर ट्रस्ट बड़ू साहिब दियां कंप्यूटर लैब्स नू वेख के कहा जा सकता है कि इत्थे बच्चियां लई लेटेस्ट इक्विपमेंट्स ते इंफ्रास्ट्रक्चर दी कोई कमी नहीं है। इत्थे पढ़न वाले विद्यार्थी कदे भी टेक्नोलॉजी पक्खों मार नहीं खाणगे, सगों टेक्नोलॉजी दे खेतर विच नवे कीर्तिमान बढ़ाउणगे। कलगीधर ट्रस्ट बड़ू साहिब विच बच्चियां नू सेल्फ स्टडी ते लर्निंग दिया नवियां टेक्निक्स नाल स्टडी करवाई जांदी है। एथे बच्चियां नू क्लास विच ग्रुप डिस्कशन ते डिबेट वर्गियां एक्टिविटीज राही पढ़ाया जांदा है। टीचर्स बच्चियां नू मापियां वांग बड़े प्यार ते सलीके नाल पढ़ाउंदे ने। What? On pandemics. They prepare 1 minute themselves. Wow. They design their own learning engagements, everything, and they research and then they present it. Very nice. This is a year where the children don't take the help of teachers and organize everything by themselves. Wow. And we also organized like boards. Actually, it's not a subject basically. जी जी. Like it's a theme जी. Which is decided. जी. Like it is decided in a collaborative meeting in the जी. beginning. जी. And it can, the children are also included in it. Wonderful. My BA is joined late. So one unit we keep aside. अच्छा so जी. we start working 3 months before. Wonderful. Where they design, like we will just explore that. जी. Like it is having, each theme has different strands. जी जी जी. So for each strand there can be anything which we want to inquire. Wow. So then we decide whichever they want to inquire. Current, basically we pick up the current situations. I, of course, yeah. Music class, computer labs विच होंदे हुए हुण वारी सी library वेखण दी। Library school college दा दिल हुंदी है जिथे बच्चियां दे सुपने सा लैंदे ने, ख्वाबां नू खंभ लगदे ने। ऐथे ही बच्चियां विच सेल्फ स्टडी दी रुचि पैदा हुंदी है। So we do activities there, and the other side, that side we do a lot for reading. Silent children choose to sit wherever they like and they जी, read. जी, जी. The books also, we have a lot of books, a lot of varieties. जी. And being PYP, we have all the books settled according label now. जी अकॉर्डिंग टू आवर यूनिट्स ओके एंड ऑल आवर बुक्स आर एग्जामिनेशन दोस थीम्स दैट सेम थीम्स वेरी नाइस। कलगीधर ट्रस्ट बड़ू साहिब दी लाइब्रेरी दा माहौल भी कुछ इसे तरह दा सी जिथे स्टडी नाल संबंधित सब्जेक्ट्स दियां बुक्स तो इलावा साहित्य साइंस जीके आदि किताबां भी मौजूद सन जिन्हां नूं बच्चियां दी सुविधा अनुसार सेट कीता होया सी। A lot of research, but they have to write their own book, the teacher and the students. That is the main thing. Yeah. Wonderful, wonderful. Like they have in Cambridge one subject, global perspective. So talk about that. Yes, talk. Come, Julia. Come, come talk. Julia, GP, it's global perspective. Uh-huh. And in that, like we have an issue on a local issue and national and then a global issue. Mm-hmm. So we discuss about it, the solutions, like for example, poverty. Mm, okay. So in that, first we discuss what's poverty all about and then is poverty the main issue on the local level, national and global level, and then we talk that how to solve this problem on different levels. Like in our exam we get we get an insert and we have different paragraphs and about poverty, about the topic we've already discussed about. Mm-hmm. And then they in the questions are like what according to you what is the main issue, why does poverty happen? So and then we write our own opinion and then we talk about it and we give a solution to it. Wow. And then we talk about
then the next question is local consequence and mm-hmm. national consequence. Mm-hmm. And then there's in that same insert, there's one argument between two people. So we read that and then we check which one is more convincing and we explain why is it convincing. Wonderful, solving the world's problems right here. Good job, good job. Divinity teacher. Achha ji, wonderful. She is ARB student. Achha ji. When she graduated from here, this is kadon aayi si ARB 2017. Achha ji. 7th. Kitni class karke aayi si? Only plus 2. Plus 2 karke aayi si 2007. 7 aayi si. Wow. Plus 2 baad BA internal university started, then double MA BEd. Wow. Wonderful, wonderful. Oh, program jada ARV da. Achha ji. And she's now working as a teacher now in Akal Academy. Last 6 years. Kinna changa hunda hai. Jithe tusi pade ho, te othe hi je padhaunda mauka mile. Badu sahib di khasiyat eh vi hai, ki ethe pade kai vidyarthi, aaj ethe hi padha rahe ne. ਸਰ ਦੀ ਸਭ ਤੋਂ ਬਲੈਸਡ ਟੀਚਰ ਹੈ ਹੁਣ ਇਹ ਆਨਲਾਈਨ ਸਹਿਜ ਪਾਠ ਵੀ ਬੱਚਿਆਂ ਨੂੰ ਕਰਾ ਰਹੀ ਹੈ ਅੱਛਾ ਜੀ ਇਹ ਇਵਨ ਇਹ ਜੂਲੀਆ ਔਰ ਇਹਨਾਂ ਨੂੰ ਜੂਲੀਆ ਦ ਵਨਸ ਹੂ ਆਰ ਹੇਅਰ ਹਾਂਜੀ ਹਾਂਜੀ ਇਹ ਵੀ ਹਜ਼ਾਰ ਅੰਕ ਹੋ ਗਿਆ ਮੈਮ 1020 ਤੇ ਆਨਲਾਈਨ ਗਰੁੱਪਸ ਬਣਾਏ ਹੋਏ ਆ ਬੱਚਿਆਂ ਦੇ ਨਾਲ ਸੋ ਉਹਨਾਂ ਨੂੰ ਐਕਸਪਲੇਨ ਕਰਨਾ ਅੱਜ ਕਿਹੜਾ ਦਿਹਾੜਾ ਜਿਵੇਂ ਚੱਲ ਰਿਹਾ ਸੀ ਨਾ ਜੀ 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 ਤੇ ਹਰ ਦਿਨ ਅੱਜ ਦੀ ਕੀ ਹਿਸਟਰੀ ਹੈ ਜੀ ਅੱਜ ਦਾ ਕੀ ਹੋਇਆ ਬਾਬਾ ਬੰਦਾ ਸਿੰਘ ਜੀ ਬਹਾਦਰ ਤੱਕ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਕਿਵੇਂ ਸੋ ਸ਼ੀ ਇਜ਼ ਦ ਸਪਿਰਿਟ ਬਿਹਾਈਂਡ ਦ ਪ੍ਰੋਗਰਾਮ ਇਸ ਤੋਂ ਬਾਅਦ ਸਕੂਲ ਦਾ ਮੈਪ ਵਿਖਾਉਂਦੇ ਹੋਏ ਟੀਚਰ ਨੇ ਸਾਨੂੰ ਬਿਲਡਿੰਗ ਦੀ ਬਣਤਰ ਤੇ ਢਾਂਚੇ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ 1987 ਤੋਂ ਲੈ ਕੇ ਸਕੂਲ ਦੀ ਜਰਨੀ ਬਾਰੇ ਵੀ ਦੱਸਿਆ ਅੱਜ ਅਸੀਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਕੂਲ ਬਾਰੇ ਵਿਖਾਇਆ ਪਰ ਹਜੇ ਹੋਰ ਵੀ ਬਹੁਤ ਕੁਝ ਖਾਸ ਹੈ ਜੋ ਸਾਡੇ ਮਨ ਦੇ ਪੰਛੀ ਨੇ ਤੱਕਿਆ ਬੜੂ ਸਾਹਿਬ ਦੇ ਵਿਹੜੇ ਤੇ ਜਿਸ ਨੂੰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਆਡੀਟੋਰੀਅਮ ਵਿੱਚ ਹੋਏ ਪ੍ਰੋਗਰਾਮ ਨਵੀਆਂ ਬੜੀਆਂ ਬਿਲਡਿੰਗਸ ਤੇ ਹੋਰ ਜੋ ਜੋ ਕੁਝ ਸਾਡੇ ਮਨ ਦੇ ਪੰਛੀ ਨੇ ਤੱਕਿਆ ਉਹ ਵੀ ਵਿਖਾਵਾਂਗੇ ਪਰ ਅਗਲੀ ਕੜੀ ਵਿੱਚ